ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ 14 ਜਨਵਰੀ ਰਾਤ ਦੇ ਮੌਸਮ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਸ਼ਾਮ ਦੇ ਲਗਭਗ 6 ਵਜੇ ਤੋਂ ਬਾਅਦ ਕੀ ਮੌਸਮ ਦੀ ਹਲਚਲ ਪੂਰੀ ਰਾਤ ਨੂੰ ਹੈ ਸੋ ਪਹਿਲਾਂ ਜਿਵੇਂ ਦਿਨ ਦੇ ਵੇਲੇ ਦੇਖਿਆ ਤਾਂ ਮੌਸਮ ਆਪਾਂ ਨੂੰ ਪੰਜਾਬ ਦਾ ਜ਼ਿਆਦਾਤਰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲਿਆ ਹੈ ਸਵੇਰ ਤੋਂ ਧੁੰਦ ਸੀ ਦੁਪਹਿਰ ਤੋਂ ਧੁੱਪ ਨਿਕਲੀ ਆ ਪੰਜਾਬ ਦੇ ਵਿੱਚ ਬੱਦਲਵਾਈ ਦਾ ਅੱਜ ਮਾਹੌਲ ਨਹੀਂ ਸੀ ਕਿਉਂਕਿ ਜਿਹੜਾ ਪਿਛਲਾ ਸਿਸਟਮ ਸੀ ਉਹ ਕਰ ਲੱਗੇ ਨਿਕਲ ਗਿਆ ਤੇ ਦੁਪਹਿਰ ਤੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਇੱਕ ਵਧੀਆ ਧੁੱਪ ਦੇਖਣ ਨੂੰ ਮਿਲੀ ਹੈ ਸੋ ਬਾਕੀ ਹੁਣ ਜਿਵੇਂ ਹੁਣ ਦਾ ਵੀ ਤੁਸੀਂ ਲਾਈਵ ਦੇਖ ਰਹੇ ਹੋ ਕਿ ਮੌਸਮ ਬਿਲਕੁਲ ਸਾਫ਼ ਹੈ ਧੁੰਦ ਦੇ ਲਗਭਗ ਨਾ ਮਾਤਰਾ ਹੈ ਤੇ ਜਿਸ ਤੋਂ ਬਾਅਦ ਹੁਣ ਅਗਲੀ ਰਾਤ ਦੀ ਗੱਲ ਰਾਤ ਨੂੰ ਮੌਸਮ ਠੀਕ ਰਹੂਗਾ ਅੱਧੇ ਘਰਾ ਦੇ ਆਸ-ਪਾਸ ਉਹ ਧੁੰਦ ਥੋੜੀ ਜਿਹੀ ਵਧੇਗੀ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਜ਼ਿਆਦਾ ਸੰਘਣੀ ਧੁੰਦ ਨਹੀਂ ਹੋਵੇਗੀ ਪਰ ਫਿਰ ਵੀ ਦਰਮਿਆਨੇ ਪੱਧਰ ਦੀ ਧੁੰਦ ਅੜੀ ਸਵੇਰ ਦੇ ਮੌਕੇ ਦੇਖਣ ਨੂੰ ਮਿਲੂਗੀ ਜਿਹੜੀ ਕਿ 10-11 ਵਜੇ ਤੱਕ ਟਿਕੇਗੀ ਤੇ ਕੱਲ ਦਿਨ ਦੇ ਸਮੇਂ ਫਿਰ ਤਪ ਲੱਗਣ ਦੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਰਾਤ ਸਮੇਂ ਮੌਸਮ ਅੱਧੀ ਰਾਤ ਤੱਕ ਠੀਕ ਅੱਧੀ ਰਾਤ ਤੋਂ ਬਾਅਦ ਧੁੰਦ ਥੋੜੀ ਜਿਹੀ ਆਵੇਗੀ ਤੇ ਹਵਾਵਾਂ ਮੁੱਤਰ ਪੱਛਮ ਦਿਸ਼ਾ ਤੋਂ ਹੀ ਚਲਦੀਆਂ ਰਹਿਣਗੀਆਂ ਰਾਤ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਫਿਲਹਾਲ ਜਿਵੇਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਉੱਤਰ ਪੱਛਮ ਤੋਂ ਇਹਦੇ ਕਰਕੇ ਰਾਤ ਦੇ ਟੈਂਪਰੇਚਰ ਫਿਲਹਾਲ ਅੱਗੇ ਵਾਂਗੂ ਘੱਟ ਹੀ ਰਹਿਣਗੇ ਰਾਤ ਦਾ ਤਾਪਮਾਨ ਵਧਣ ਦੇ ਵਿੱਚ ਕੋਈ ਅਸਰ ਨਹੀਂ ਹਨ ਜਿਹੜਾ ਰਾਤ ਦਾ ਘੱਟੋ ਘੱਟ ਤਾਪਮਾਨ ਹੈ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 3 ਤੋਂ ਲੈ ਕੇ 6 ਡਿਗਰੀ ਦੇ ਦਰਮਿਆਨ ਰਹੇਗਾ ਸੋ ਜਿਹੇ ਦੇ ਵਿੱਚ ਜਿਵੇਂ ਹੁਣ ਤਾਪਮਾਨ ਘਟੇ ਹੋਏ ਨੇ ਅਸਮਾਨ ਸਾਫ ਹੈ ਤਾਂ ਅਜਿਹੇ ਹਾਲਾਤਾਂ ਦੇ ਵਿੱਚ ਕੋਹਰਾ ਪੈਣ ਦੇ ਚਾਂਸ ਬਣ ਸਕਦੇ ਨੇ ਕੁਝ ਹਿੱਸਿਆਂ ਦੇ ਵਿੱਚ ਜਦੋਂ ਅੱਧੀ ਰਾਤ ਤੋਂ ਬਾਅਦ ਤੜਕੇ ਸਮੇਂ ਦੇ ਆਸ-ਪਾਸ ਹਵਾਵਾਂ ਠਾਪ ਹਵਾਵਾਂ ਬਿਲਕੁਲ ਠੱਪ ਹੋ ਜਾਂਦੀਆਂ ਨੇ ਬਿਲਕੁਲ ਨਾ ਮਾਤਰ ਹਵਾਵਾਂ ਚੱਲਦੀਆਂ ਨੇ 1-2 ਕਿਲੋਮੀਟਰ ਰਫ਼ਤਾਰ ਤੇ ਜਿਨ੍ਹਾਂ ਦੇ ਵਿੱਚ ਪੱਤਾ ਵੀ ਨਹੀਂ ਹਿੱਲਦਾ ਤਾਂ ਉਹ ਜਿਹੇ ਸਿਟੀ ਦੇ ਵਿੱਚ ਕੋਹਰਾ ਪੈਣ ਦੇ ਚਾਂਸ ਨੇ ਬਣ ਸਕਦੇ ਨੇ ਪੰਜਾਬ ਦੇ ਕੁਝ ਖੇਤਿਆਂ ਦੇ ਵਿੱਚ ਖਾਸ ਤੌਰ ਤੇ ਜਿਹੜਾ ਪੰਜਾਬ ਦਾ ਦੱਖਣ ਪੱਛਮੀ ਮੈਦਾਨੀ ਹਿੱਸਾ ਆ ਜਾਂਦਾ ਹੈ ਤੇ ਉਸ ਤੋਂ ਬਿਨਾ ਦੱਖਣ ਪੂਰਬੀ ਹਿੱਸੇ ਕੁਝ ਮਾਲਵੇ ਦੇ ਆਗੇ ਜਿਹੜੇ ਆਪਣੇ ਉਹਨਾਂ ਹਿੱਸਿਆਂ ਵਿੱਚ ਜਿਹੇ ਹਾਲਾਤ ਆਉਣ ਦੇ ਜਿਹੜੇ ਚਾਂਸ ਨੇ ਉਹ ਆਉਂਦੇ 1-2 ਦਿਨਾਂ ਦੇ ਵਿੱਚ ਬਣ ਵੀ ਸਕਦੇ ਨੇ ਕਿਉਂਕਿ ਹੁਣ ਮੌਸਮ ਸਾਫ਼ ਹੋ ਰਿਹਾ ਹੈ ਟੈਂਪਰੇਚਰ ਰਾਤ ਤੇ ਡਾਊਨ ਨੇ ਸੋ ਜਿਹੇ ਦੇ ਵਿੱਚ ਕੋਰਾ ਪੈਣ ਦੀ ਸੰਭਾਵਨਾ ਬਣ ਸਕਦੀ ਹੈ